टायर तो बिल्कुल ब्रांड न्यू पे हुए है। लो ये चेक करो, योकोहामा दे टायर है। बिल्कुल योकोहामा। दोस्तों एक बारी नंबर चेक करो, 786 लग्जरी सेगमेंट दी गड्डी रहने वाली है। गड्डी हैगी है BMW। बाकी भाजी डिटेल दसनी पूरी लग्जरीयस ते रेट आपा देने पर क्रेटा दे वरना वाले है ना। मैं कह जी उस तो भी रेट घट है। ये कार सिर्फ 6.5 लाख रुपए दी। 6.5 लाख दी BMW गड्डी। BMW 2011 मॉडल दूजे नाम दी। सारा बाजार देखोगे, सारा बाजार भी भाई सब दिखा देते, कोई दिक्कत वाली गल नहीं। दिखाओ सारा क्योंकि आप मंडी के बैठे हैं कार वाली है ना। इहदा कोई भी जिहड़ा फिक्स रेट नहीं है। ठीक। वी वेरिएंट 2016 मॉडल है। ओके। वाइट कलर तुहाडे सामने कार खड़ी है। ठीक है। नंबर लुधियाने का। टायर गल करिए किन्ने पैसे चले होने। ਇਹ ਅਪਰੋਕਸ ਜਿਹੜੀ ਕਾਰ ਚੱਲੀ ਆ ਉਹ 80-82 ਹਜ਼ਾਰ ਚੱਲੀ ਹੋਈ ਹੈ। ਠੀਕ ਆ। ਟਾਇਰ ਇਸ ਵੇਲੇ ਦੀ ਕੰਡੀਸ਼ਨ ਬਹੁਤ ਵਧੀਆ ਹੈ ਤੇ ਇਹ ਜਿਹੜੀ ਕਾਰ ਆਪਾਂ ਨੂੰ ਮਤਲਬ ਜ਼ਿਆਦਾ ਰੇਟ 'ਚ ਨਹੀਂ ਮਿਲਣੀ, ਸਿਰਫ ਤੇ ਸਿਰਫ ਗੇਅਰ ਦੀ ਫੁੱਲ ਗਰੰਟੀ ਹੈ। ਇੰਜਨ ਗੇਅਰ ਦੀ ਫੁੱਲ ਗਰੰਟੀ ਹੈ। ਬਾਕੀ ਜਿਹੜਾ ਬੰਦਾ ਅਣਜਾਣ ਨਾਲ ਲੈਣ ਆਵੇ, ਜਿਹੜਾ ਬੰਦੇ ਨੂੰ ਗੱਡੀ ਆਉਂਦੀ ਹੈ ਆਉਂਦੀ ਆ ਉਹ ਚੈੱਕ ਵੀ ਕਰੇ ਸਾਡੋਂ, ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ। ਕਿਉਂਕਿ ਤੁਸੀਂ ਖੁਦ ਕਹਿ ਰਹੇ ਹੋ ਵੀਡੀਓ ਦੇ ਵਿੱਚ ਵੀ ਆ ਕੇ ਬੰਦਾ ਤਸੱਲੀ ਕਰੇ, ਫਿਰ ਆਪਣਾ ਰੇਟ ਲਾਏ ਤੇ ਰੇਟ ਵੀ ਨੈਗੋਸ਼ੀਏਬਲ ਹੈ, ਕੋਈ ਇਹਦਾ ਫਿਕਸ ਰੇਟ ਨਹੀਂ। ਠੀਕ ਹੈ। ਜਿੱਦਾਂ ਹੁਣ ਹਾਂਜੀ ਵੀ ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਆ। ਅੱਜ ਖੜੇ ਹਾਂ ਸ਼ਹਿਰ ਲੁਧਿਆਣੇ ਦੇ ਵਿੱਚ, ਲੁਧਿਆਣੇ ਦਾ ਸਭ ਤੋਂ ਵੱਡਾ ਕਾਰ ਬਾਜ਼ਾਰ ਕਹਿ ਲਓ, ਤੇ ਖੜੇ ਹਾਂ ਨਿਊ ਮਾਲਵਾ ਕਾਰ ਬਾਜ਼ਾਰ। ਕੀ ਹਾਲ ਚਾਲ ਆ ਭਾਈ? ਬਹੁਤ ਵਧੀਆ ਜੀ, ਤੁਸੀਂ ਭਾਈ? ਆਪਣਾ ਪਿਛਲੀ ਵੀਡੀਓ ਨੂੰ ਕਾਫੀ ਪਿਆਰ ਆਇਆ ਦਰਸ਼ਕਾਂ ਵੱਲੋਂ ਤੇ ਬਹੁਤ ਪਿਆਰ ਭਰਿਆ ਹੁੰਗਾਰਾ ਦਿੱਤਾ ਗਿਆ। ਤੁਹਾਡਾ ਪਿਆਰ ਹੈ, ਤੁਹਾਡੀ YouTube ਚੈਨਲ ਜਿਹੜਾ ਬਹੁਤ ਵਧੀਆ ਚੱਲ ਰਿਹਾ, ਪਰਮਾਤਮਾ ਨੂੰ ਤਰੱਕੀਆਂ ਬਖਸ਼ੇ। ਤੇ ਮੈਂ ਗਿਆ ਅੱਜ ਆਪਣੇ ਤੋਂ ਫਿਰ ਵਧੀਆ ਗੱਡੀਆਂ ਦੇ ਸਟੋਕ ਲੈ ਲਓ, ਇਨੋਵਾ ਕ੍ਰਿਸਟਾ ਸਾਰੇ ਤੁਹਾਨੂੰ ਸਾਰਾ ਸੈਗਮੈਂਟ ਮਿਲੇਗਾ, ਵੱਡੀ ਕਾਰ ਵੀ ਮਿਲੇਗੀ, ਛੋਟੀ ਵੀ ਮਿਲੇਗੀ। ਸੈਗਮੈਂਟ ਤਾਂ ਮਹਾਰਾਜ ਜੀ ਹਰ ਵਾਰੀ ਆਪਾਂ ਵਧੀਆ ਹੀ ਗੱਡੀਆਂ ਲੈ ਕੇ ਆਉਂਦੇ ਹਾਂ ਚੋਣੇ ਚੋਣੇ ਕੇ, ਹੈਨਾ ਪਰਮਾਤਮਾ ਵੱਲੋਂ ਕਹਿ ਲਓ। ਤੇ ਦੋਸਤੋ ਤੁਹਾਡਾ ਕੰਮ ਹੈਗਾ ਵੀਡੀਓ ਨੂੰ ਚੱਲਦੇ ਹੋਏ ਇਹਨੂੰ ਸ਼ੇਅਰ ਕਰਨਾ, ਕਿਸੇ ਵੀ ਮਿੱਤਰ ਨੇ ਰਿਸ਼ਤੇਦਾਰ ਨੇ ਗੱਡੀ ਲੈਣੀ ਹੋਵੇ ਨਿਊ ਮਾਲਵਾ ਕਾਰ ਬਾਜ਼ਾਰ ਆ ਜਾਓ, ਵਧੀਆ ਤੇ ਸਸਤੇ ਰੇਟਾਂ ਤੇ ਗੱਡੀਆਂ ਦੇ ਦੇਵਾਂਗੇ, ਉਹ ਵੀ ਪੰਜਾਬ ਨੰਬਰ। ਬਿਲਕੁਲ 99% ਆਪਣੇ ਕੋਲ ਕਾਰਾਂ ਜਿਹੜੀਆਂ ਠੀਕ ਆ ਪੰਜਾਬ ਨੰਬਰ ਹੀ। ਇਹ ਗੱਡੀ ਦੀ ਟੋਇਟਾ ਦੀ ਕ੍ਰਿਸਟਾ ਰਹਿਣ ਵਾਲੀ ਆ। ਬਿਲਕੁਲ, ਇਹ ਕ੍ਰਿਸਟਾ ਹੈ ਜੀ, ਵੀ ਵੇਰੀਐਂਟ 2016 ਮਾਡਲ ਹੈ। ਓਕੇ। ਵਾਈਟ ਕਲਰ ਤੁਹਾਡੇ ਸਾਹਮਣੇ ਕਾਰ ਖੜੀ ਹੈ। ਠੀਕ ਆ। ਨੰਬਰ ਲੁਧਿਆਣੇ ਦਾ। ਟਾਇਰ ਗੱਲ ਕਰੀ ਕਿੰਨੇ ਪੈਸੇ ਚੱਲੇ ਹੋਣੇ। ਇਹ ਅਪਰੋਕਸ ਜਿਹੜੀ ਕਾਰ ਚੱਲੀ ਆ ਉਹ 80-82 ਹਜ਼ਾਰ ਚੱਲੀ ਹੋਈ ਹੈ। ਠੀਕ ਆ। ਟਾਇਰ ਇਸ ਵੇਲੇ ਦੀ ਕੰਡੀਸ਼ਨ ਬਹੁਤ ਵਧੀਆ ਹੈ ਤੇ ਇਹ ਜਿਹੜੀ ਕਾਰ ਆਪਾਂ ਨੂੰ ਮਤਲਬ ਜ਼ਿਆਦਾ ਰੇਟ 'ਚ ਨਹੀਂ ਮਿਲਣੀ, ਸਿਰਫ ਤੇ ਸਿਰਫ 13.5 ਆਸਕਿੰਗ ਹੈ। ਹੋ ਸਕਦਾ ਕਾਰ ਆਪਾਂ ਨੂੰ 12.5 ਲੱਖ ਰੁਪਏ ਦੀ ਮਿਲੇ। 12.5 ਲੱਖ। ਇੱਕ ਵਾਰੀ ਆ ਹੁਣ ਗੱਲ ਕਰੀਏ ਬਈ ਅਟੀਗਾ ਗੱਡੀ ਦੀ, ਸੁਜ਼ੂਕੀ ਵਾਲਿਆਂ ਦੀ। ਨੰਬਰ ਹੈਗਾ PB ਜਿੱਤਰ, ਕਿੰਨਾ ਕਿੱਥੇ ਦਾ ਨੰਬਰ ਹੈ? ਇਹ ਬਠਿੰਡੇ ਦਾ ਨੰਬਰ ਹੈ ਜੀ, ਇਹ ਲੁਧਿਆਣੇ ਟ੍ਰਾਂਸਫਰ ਹੈ, ਇਹ ਸੈਕਿੰਡ ਓਨਰ ਕਾਰ ਹੈ। ਇਹ ਹੈਗੀ ਹੈ ZDI ਪਲੱਸ, ਪੁਸ਼ ਬਟਨ ਸਟਾਰਟ, ਤੇ ਇਹ ਕਾਰ ਜਿਹੜੀ ਹੈ ਮਤਲਬ 2017 ਮਾਡਲ ਹੈ। 2017 ਮਾਡਲ ਆ ਤੇ ਇਹਦੀ ਜਿਹੜੀ ਹੈ ਰੇਟ ਰਹਿਣ ਵਾਲਾ ਹੈ ਸਿਰਫ ਤੇ ਸਿਰਫ 8,10,000 ਦੀ ਆਸਕਿੰਗ। 8,10,000 ਆਸਕਿੰਗ, ਬਾਕੀ ਮੌਕੇ ਤੇ ਮਾਨਤਾ ਹੋ ਜੂ। ਬਿਲਕੁਲ ਮਾਨਤਾ। ਦੇਖੋ ਗੱਡੀਆਂ ਤੇ ਲੋਨ ਹੋ ਜੂ ਸਾਰੀਆਂ, ਸਾਰੀਆਂ ਕਾਰਾਂ ਜਿਹੜੇ ਉੱਚੇ ਮਾਡਲ ਦੀਆਂ ਕਾਰਾਂ ਸਾਰੀਆਂ ਤੇ ਲੋਨ ਜਿਹੜੀ ਅਵੇਲੇਬਲ ਹੈ। ਠੀਕ ਆ, ਅਵੇਲੇਬਲ ਹੈ। ਬਾਕੀ ਮੇਨ ਗੱਲ ਹੈਗੀ ਹੈ ਜਿਹੜਾ ਬੰਦਾ ਆਊਗਾ ਉਹਦਾ ਸਿੰਬਲ ਸਕੋਰ ਬਹੁਤ ਵਧੀਆ ਚਾਹੀਦਾ ਹੈ। ਸਿੰਬਲ ਸਕੋਰ ਜੇ ਉਹਦਾ ਮਾੜਾ ਮੋਟਾ ਸਿੰਬਲ ਸਕੋਰ ਘੱਟ ਵੀ ਹੈ ਤਾਂ ਵੀ ਅਸੀਂ ਜਿਹੜਾ ਉਹਨੂੰ, ਜਿੰਨੇ ਜ਼ਿਆਦਾ ਪੇਪਰ ਵਧੀਆ ਹੋਣਗੇ ਉਹ ਸਾਨੂੰ ਰੇਟ ਵੀ ਆ ਜੂ, ਲੋਨ ਵੀ ਵਧੀਆ ਹੋ ਜੂ, ਰੇਟ ਆਫ ਇੰਟਰਸਟ ਵੀ ਘੱਟ ਜੂ। ਫਿਰ ਆ ਗਈ ਆਪਣੇ ਤੋਂ ਸਿਆਜ, ਇਹ ਆਪਣੀ ਪਹਿਲੇ ਵੀਡੀਓ ਦੇ ਵਿੱਚ ਵੀ ਸੀ ਹੁੰਦੀ ਆ। ਇਹ ਸਿਆਜ ਜਿਹੜੀ ਹੈ 2017 ਜਿਹੜਾ ਕਿ ਆਪਾਂ ਪਹਿਲਾਂ ਸਾਰਾ ਕੁਝ ਦੱਸ ਚੁੱਕੇ ਹਾਂ, ਇਹਦਾ ਜਿਹੜਾ ਰੇਟ ਰਹਿਣ ਵਾਲਾ ਹੈ ਉਹ 6,90,000 ਦੀ ਆਸਕਿੰਗ ਹੈ ਇਹਦੀ। ਠੀਕ ਆ। ਬਾਕੀ ਇਹ ਓਨ ਦਾ ਟੇਬਲ ਜਿੰਨਾ ਬੈਸਟ ਰੇਟ ਹੋਊਗਾ ਆਪਾਂ ਦੁਆ ਕਰ ਦੇਵਾਂਗੇ। ਆ ਗਈ ਬਈ ਆਪਣੇ ਤੋਂ i20 ਸਿਲਵਰ ਕਲਰ ਦੀ। ਬਿਲਕੁਲ, ਸਿਲਵਰ ਰੰਗ ਦੀ i20 2016 ਮਾਡਲ। ਓਕੇ। ਇਹ ਆਸਟਾ ਮਾਡਲ ਹੈ, ਇਹ ਪੁਸ਼ ਬਟਨ ਸਟਾਰਟ ਹੈ, ਤੇ ਇਹ ਜਿਹੜੀ ਇਹਦਾ ਰੇਟ ਰਹਿਣ ਵਾਲਾ ਹੈ ਉਹ 6.5 ਲੱਖ ਦੀ ਆਸਕਿੰਗ। 6.5 ਲੱਖ ਆਸਕਿੰਗ ਤੇ ਗੱਲ ਕਰਾਂ, ਡੀਜ਼ਲ ਹੈ ਚੱਲੀ ਕਿੰਨੀ ਹੋਣੀ ਆਪਣੀ ਗੱਡੀ? ਇਹ ਅਪਰੋਕਸ ਆਈਡੀਆ ਸ਼ਾਇਦ ਮੇਰੇ ਖਿਆਲ ਨਾਲ 75-76 ਹਜ਼ਾਰ ਚੱਲੀ। 76-76 ਹਜ਼ਾਰ ਦੇ ਕਿਲੋਮੀਟਰ ਗੱਡੀ ਚੱਲੀ ਹੋਈ ਹੈ ਤੇ ਰੇਟ ਕਿੰਨਾ ਦੱਸੇ ਸੀ ਆਪਣਾ ਇਹਦਾ? ਇਹਦਾ 6.5 ਆਸਕਿੰਗ ਹੈ, ਬਾਕੀ ਹੁੰਦਾ ਟੇਬਲ ਉਹ ਪੱਕਾ ਰੇਟ ਨਹੀਂ ਹੈ, ਕੋਈ ਫਿਕਸ ਰੇਟ ਨਹੀਂ। ਕੋਈ ਵੀ ਕਾਰ ਜਿਹੜੀ ਆਪਣੇ, ਤੁਸੀਂ ਸਾਰਾ ਬਾਜ਼ਾਰ ਦੇਖੋਗੇ, ਸਾਰਾ ਬਾਜ਼ਾਰ ਵੀ ਭਾਈ ਸਾਹਿਬ ਦਿਖਾ ਦਿੰਦੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਦਿਖਾਓ ਸਾਰਾ ਕਿਉਂਕਿ ਆਪਾਂ ਮੰਡੀ ਦੇ ਵਿੱਚ ਬੈਠੇ ਆ ਕਾਰ ਦੀ, ਹਨਾ ਇਹਦਾ ਕੋਈ ਵੀ ਜਿਹੜਾ ਫਿਕਸ ਰੇਟ ਨਹੀਂ ਹੈ। ਠੀਕ ਆ। ਤੇ ਇਹਦੀ ਡਿਮਾਂਡ ਆਪਣਾ ਦੱਸੀ ਸੀ ਕਿ ਤੁਸੀਂ ਕਿੰਨੇ? 6.5 6.5। ਬਾਕੀ ਮੌਕੇ ਤੇ, ਬਾਕੀ ਮੌਕੇ ਤੇ ਹੈ। ਲੁਧਿਆਣੇ ਦਾ ਨੰਬਰ ਹੀ ਹੈ, ਕੁਦਰਤੀ ਲੁਧਿਆਣੇ ਦਾ ਨੰਬਰ। ਅੱਜ ਫਿਰ ਕਾਰਾਂ ਜਿਹੜੀਆਂ ਉਹ ਲੁਧਿਆਣਾ ਨੰਬਰ ਹੀ ਖੜੀ, ਅੱਗੇ ਵੀ ਲੁਧਿਆਣਾ ਨੰਬਰ ਹੀ ਖੜੀ ਆਰਟੀਗਾ। ਪਿਛਲੀ ਵੀ ਤੁਹਾਨੂੰ ਆਰਟੀਗਾ ਦਿਖਾਈ ਹੈ, ਇਹਦੇ ਆਰਟੀਗਾ ਦੀਆਂ ਦੋ ਆਪਸ਼ਨ ਹੈ, ਵਾਈਟ ਕਲਰ ਵੀ ਹੈ, ਗ੍ਰੇ ਵੀ। ਨਹੀਂ, ਆਰਟੀਗਾ ਤੁਹਾਨੂੰ ਇਹ ਤੀਜੀ ਵੀ ਦਵਾਂਗੇ ਜੀ, ਇੱਕ ਆਰਟੀਗਾ ਆਪਣੇ ਕੋਲ ਵਾਈਟ ਹੋਰ ਖੜੀ ਹੈ, ਉਹ ਕਾਰਾ ਮਾਡਲ ਹੈ ਆਪਣੇ। ਬਿਲਕੁਲ। ਠੀਕ ਹੈ, ਗੱਲ ਕਰੀਏ ਇਹਦੇ ਰੇਟ, ਇਹ ਆਰਟੀਗਾ ਹੈਗੀ ਹੈ ਜੀ 2012 ਮਾਡਲ ZD, ਤੇ ਇਹਦਾ ਜਿਹੜਾ ਰੇਟ ਰਹੇਗਾ 4.5 ਲੱਖ ਰੁਪਏ। 4.5 ਲੱਖ। ਬਿਲਕੁਲ। ਇਹਦਾ ਨੰਬਰ ਵੀ ਲੁਧਿਆਣੇ ਦਾ, ਇਹ ਮਾਊਸ ਗ੍ਰੇ ਕਲਰ ਹੈ ਇਹਦਾ। ਠੀਕ ਆ। ਤੇ ਇਹਦੇ ਟਾਇਰ ਦੀ ਇਹ ਕਿੰਨੇ ਪੈਸੇ ਚੱਲੇ ਹੋਣ? ਟਾਇਰ ਵਧੀਆ ਟਾਇਰ ਨੇ ਜੀ, ਇਹ ਟਾਇਰਾਂ ਦਾ ਮੇਰੇ ਖਿਆਲ ਨਾਲ ਇਸ ਵੇਲੇ 80-85% ਪਏ ਨੇ। ਜਿੱਦਾਂ ਹੁਣ ਕੋਈ ਵੀ ਗੱਡੀ ਕਹਿ ਲਓ ਬਈ, ਅਰਟੀਗਾ ਵੀ ਖੜੀ ਆ ਇੱਥੇ, ਕ੍ਰਿਸਟਾ ਵੀ ਖੜੀ,
ਸਾਰਿਆਂ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ, ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ। ਬਾਕੀ ਜਿਹੜਾ ਬੰਦਾ ਅਣਜਾਣ ਨਾਲ ਲੈਣ ਆਵੇ, ਜਿਹੜਾ ਬੰਦੇ ਨੂੰ ਗੱਡੀ ਆਉਂਦੀ ਹੈ ਆਉਂਦੀ ਆ ਉਹ ਚੈੱਕ ਵੀ ਕਰੇ ਸਾਡੂ, ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ। ਤੁਸੀਂ ਖੁਦ ਕਹਿ ਰਹੇ ਹੋ ਵੀਡੀਓ ਦੇ ਵਿੱਚ ਵੀ ਆ ਕੇ ਬੰਦਾ ਤਸੱਲੀ ਕਰੇ, ਫਿਰ ਆਪਣਾ ਰੇਟ ਲਾਏ ਤੇ ਰੇਟ ਵੀ ਨੈਗੋਸ਼ੀਏਬਲ ਹੈ, ਕੋਈ ਇਹਦਾ ਫਿਕਸ ਰੇਟ ਨਹੀਂ। ਠੀਕ ਹੈ, ਜਿੱਦਾਂ ਹੁਣ ਗੱਡੀਆਂ ਦੇ ਮੀਟਰ ਵਗੈਰਾ ਤਾਂ ਨਹੀਂ ਬੈਕ ਕੀਤੇ ਹੁੰਦੇ? ਮੀਟਰ ਦੀ ਅਸੀਂ ਕਿਸੇ ਵੀ ਕਾਰ ਦੀ ਗਾਰੰਟੀ ਨਹੀਂ ਲੈਣੀ, ਉਹਦਾ ਕਾਰਨ ਇੱਕ ਹੋਰ ਹੈ, ਕੋਈ ਕਸਟਮਰ ਦੀਆਂ ਕਾਰਾਂ ਹੈ, ਅਗਲਾ ਕੋਈ ਕਰਾ ਕੇ ਲਿਆਵੇ ਟੈਂਪਰ, ਸਾਨੂੰ ਨਹੀਂ ਪਤਾ ਇੱਥੇ ਆਊਗਾ, ਇੱਥੇ ਕੋਈ ਟੈਂਪਰਿੰਗ ਨਹੀਂ ਹੁੰਦੀ। ਠੀਕ ਆ, ਇੱਥੇ ਜਿੰਨੀਆਂ ਵੀ ਕਾਰਾਂ ਖੜੀਆਂ ਕੋਈ ਅਸੀਂ ਆਪ ਨਹੀਂ ਕਰਾਉਂਦੇ, ਕਸਟਮਰ ਕੋਈ ਸੇਲ ਕਰਨ ਵਾਸਤੇ ਆ ਗਿਆ, ਉੱਪਰ ਥੱਲੇ ਹੋ ਗਿਆ, ਉਹਦੀ ਅਸੀਂ ਗਾਰੰਟੀ ਨਹੀਂ ਲੈ ਸਕਦੇ। ਓਕੇ, ਤੇ ਹੁਣ ਗੱਲ ਕਰੀਏ ਆ ਵਾਲੀ ਗੱਡੀ ਦੀ, ਇਹ ਕਿਹੜੀ ਗੱਡੀ ਰਹਿਣ ਵਾਲੀ ਹੈ? ਇਹ ਗੱਡੀ ਹੈਗੀ ਹੈ ਜੀ ਬਰੀਓ। ਬਰੀਓ, ਇਹ ਬਰੀਓ ਹੈ ਜੀ 15 ਮਾਡਲ। ਇਹ ਪੈਟਰੋਲ ਹੀ ਹੁੰਦੀ ਹੈ, ਇਹ ਮੈਨੂਅਲ ਚ ਹੈ। ਮੈਨੂਅਲ ਚ ਹੈ, ਇਹ ਜ਼ਿਆਦਾ ਕਾਰਾਂ ਜਿਹੜੀਆਂ ਮਤਲਬ ਇਹ ਆਟੋ ਚ ਵੀ ਆਈਆਂ ਤੇ ਮੈਨੂਅਲ ਚ ਵੀ ਆਈਆਂ, ਇਹ ਮੈਨੂਅਲ ਚ ਹੈ। ਤੇ ਇਹ ਜਿਹੜਾ ਇਹਦਾ ਰੇਟ ਰਹਿਣਾ ਅਪਰੋਕਸਾਈਡ ਆ 4.25 ਦੇ ਗੇਟ ਚ ਸ਼ਾਇਦ ਇਹ ਆਸਕਿੰਗ ਹੈ, ਬਾਕੀ ਮੌਕੇ ਤੇ ਜਿਹੜਾ ਹੋ ਜਾਊਗਾ। ਆਪਾਂ ਪਿੱਛੇ ਦਿਖਾਤੀ PV10 ਨੰਬਰ ਆਪਣਾ i20, ਹੁਣ ਆਪਾਂ ਨੇ ਇਥੋਂ ਖੜੀਆਂ ਦੋਨੋਂ ਬ੍ਰਾਂਡ ਨਿਊ ਕੰਡੀਸ਼ਨ ਕਹਿ ਲਓ, ਨਵੇਂ ਤਿੰਨ ਖੜੀਆਂ ਜੀ ਮੇਰੇ ਕੋਲ i20। ਅੱਛਾ, ਤਿੰਨ i20 ਵਾਈਟ ਕਲਰ ਦੀ, ਵਾਈਟ ਕਲਰ ਦੀਆਂ, ਦੋ ਵਿੱਚੋਂ ਪੈਟਰੋਲ, ਅੱਛਾ ਇੱਕ ਡੀਜ਼ਲ। ਆਜੋ ਜੀ ਬਈ ਮਿੱਤਰੋ, ਹੁਣ ਹੈਗੀ ਆਪਣੇ ਦੋਨੋਂ ਤਿੰਨ ਆਪਣੇ ਤੋਂ ਚਿੱਟੇ ਕਲਰ ਦੀਆਂ, ਚਿੱਟੇ ਕਲਰ ਦੀਆਂ i20 ਆ, ਤਿੰਨੇ 17 ਮਾਡਲ, ਦੋ ਵਿੱਚੋਂ ਆਪਣੀ ਪੈਟਰੋਲ ਹੈ। ਹੁਣ ਗੱਲ ਕਰੋ ਮੈਂ ਪਹਿਲੀ ਦੀ ਡਿਟੇਲ ਕੀ ਰਹਿਣ ਵਾਲੀ ਆ? ਇਹ ਲੋਕਲ ਨੰਬਰ ਲੁਧਿਆਣੇ ਦਾ, ਲੋਕਲ ਨੰਬਰ ਪਹਿਲੇ ਨਾਂ ਤੇ ਸਪੋਰਟਸ ਵਰਜਨ ਪੈਟਰੋਲ। ਓਕੇ, ਤੇ ਮੇਰੇ ਖਿਆਲ ਨਾਲ 60-62 ਹਜ਼ਾਰ ਕਿਲੋਮੀਟਰ ਚੱਲੀ। ਠੀਕ ਆ, ਆਜੋ ਆਪਾਂ ਇੱਕ ਵਾਰੀ ਅੰਦਰੋਂ ਇਹ ਕੰਡੀਸ਼ਨ ਦੇਖੋ। ਆ ਕੇ ਅੰਦਰ ਗੱਡੀ ਦੇਖੋ ਜੀ ਤੁਸੀਂ, ਅੰਦਰੋਂ ਕੰਡੀਸ਼ਨ ਦੇਖੋ ਗੱਡੀ ਦੀ, ਸੀਟ ਡੈਸ਼ਬੋਰਡ ਵਗੈਰਾ ਸਾਰੇ ਮੈਟ ਵਗੈਰਾ ਪਏ ਹੋਏ ਹਨਾ ਵਿੱਚ ਭਾਜੀ? ਬਿਲਕੁਲ ਕੰਪਲੀਟ ਕਾਰ ਹੈ ਜੀ, 70 ਵਗੈਰਾ ਮੈਟ ਪਏ ਆ। ਤੇ ਹੁਣ ਗੱਲ ਕਰਾਂ ਭਾਜੀ ਇਹਦੇ ਰੇਟ ਦੀ, ਇਹ ਕਿੰਨੇ ਦੀ ਦੇ ਰਹੇ? ਰੇਟ ਜਿਹੜਾ ਇਹਦਾ ਆਸਕਿੰਗ 6.25 ਲੱਖ ਰੁਪਏ ਜੀ, ਤੇ ਇਸ ਤਨਮ ਅੱਗੇ ਵੀ ਗਿਆ ਮਾਰਕੀਟ 'ਚ ਬੈਠੇ ਆ, ਸਾਰਾ ਜਿਹੜਾ ਇਹਦਾ ਕੋਈ ਫਿਕਸ ਰੇਟ ਨਹੀਂ ਹੈ, ਨੈਗੋਸ਼ੀਏਬਲ ਰੇਟ ਹੈ। ਕਸਟਮਰ ਦੀ ਕਾਰ ਹੈ, ਤੁਹਾਨੂੰ ਆ ਕੇ ਉਹ 5.5 ਦੀ ਦੇ ਦੇ, 5.25 ਦੀ ਦੇ ਦੇ, ਅਸੀਂ ਸਿਰਫ ਕਮਿਸ਼ਨ ਤੇ ਕੰਮ ਕਰ ਰਹੇ ਹਾਂ। ਠੀਕ ਆ, ਹੁਣ ਆ ਗਈ ਆਪਣੀ ਦੂਜੀ i20, ਇਹਦੇ ਵਿੱਚ ਅਲੋਏ ਵੀਲ ਪੋਏ ਹੋਏ ਆ, ਜੋ ਅਲੋਏ ਪਵਾਤੇ ਜੀ। ਇਹ ਜਿਹੜਾ ਇਹ ਬੰਦੇ ਨੇ ਮਤਲਬ ਸ਼ੌਂਕ ਨਾਲ ਕਾਰ ਰੱਖੀ ਹੋਈ ਹੈ, ਇਹ ਮਾਡਲ ਇਹ ਵੀ 17 ਹੀ ਹੈ। ਓਕੇ, ਇਹ ਵੀ ਸਪੋਰਟਸ ਹੀ ਹੈ, ਇਹਦਾ ਰੇਟ ਵੀ ਸੇਮ ਹੀ ਹੈ। ਰੇਟ ਵੀ ਸੇਮ ਹੀ ਹੈ, ਬਿਲਕੁਲ ਰੇਟ ਵੀ ਸੇਮ ਹੀ ਹੈ। ਹਾਂ, ਪਰ ਇਹ ਆ ਉਹ ਗੱਡੀ ਦੇ ਵਿੱਚ ਇਹਦੇ ਵਿੱਚ ਲੋਹੇ ਮਿਲ ਜਾਂਦੇ ਆ, ਬਸ ਲੋਹੇ ਨਾਲ ਮਿਲ ਜਾਂਦੇ, ਜਿਹੜਾ ਬੰਦਾ ਸ਼ੌਂਕ ਵਾਲੀ, ਸ਼ੌਂਕ ਆ ਬਿਲਕੁਲ, ਸਿੰਪਲ ਗੱਡੀ ਲੈਣੀ, ਸਿੰਪਲ ਜਿਹੜਾ ਰੇਟ ਕਸਟਮਰ ਨੇ ਕੋਡ ਕਰਨਾ ਅਸੀਂ ਉਹੀ ਰੇਟ ਕਹਿ ਦਿੰਦਾ ਜੀ। ਨੰਬਰ ਇਹਦਾ ਵੀ ਲੁਧਿਆਣੇ ਦਾ। ਇਧਰੋਂ ਵੀ ਅੰਦਰ ਕੰਡੀਸ਼ਨ ਚੈੱਕ ਕਰਾ ਦਿੰਦਾ ਗੱਡੀ ਦੀ, ਦੇਖੋ ਜਾ ਕੇ ਚੈੱਕ ਕਰੋ ਵੀ ਗੱਡੀ ਦੀ ਅੰਦਰੋਂ ਕੰਡੀਸ਼ਨ। ਗੱਡੀ ਬਹੁਤ ਸੋਹਣੀ ਕਾਰ ਆ, ਗੱਡੀਆਂ ਸਾਰੀਆਂ ਅੰਦਰੋਂ ਸਾਫ ਆ, ਚਮਕਦੀਆਂ ਹੋਈਆਂ ਗੱਡੀਆਂ ਆ। ਤੁਸੀਂ ਪਹਿਲਾਂ ਹੀ ਕਿਹਾ ਸੀ ਤਿੰਨ ਤਿੰਨ i20 ਖੜੀਆਂ, ਇਹ ਤੀਜੀ i20 ਜਿਹੜੀ ਹੈ ਇਹ ਡੀਜ਼ਲ ਹੈ। ਓਕੇ, ਇਹਦਾ ਬਠਿੰਡੇ ਦਾ ਨੰਬਰ ਹੈ, ਸੋਰੀ ਬਠਿੰਡੇ ਦਾ ਕਹਿ ਰਿਹਾ, ਇਹ ਨੰਬਰ ਜਿਹੜਾ ਫਿਰੋਜ਼ਪੁਰ ਦਾ, ਫਿਰੋਜ਼ਪੁਰ ਦਾ, ਫਿਰੋਜ਼ਪੁਰ ਦਾ ਨੰਬਰ ਹੈ। ਬਹੁਤ ਵਧੀਆ ਕਾਰ, ਵਾਈਟ ਕਲਰ, ਤੁਹਾਡੇ ਸਾਹਮਣੇ ਕੰਡੀਸ਼ਨ ਜਿਹੜੀ ਹੈ ਗੱਡੀ ਦੀ, ਇਹਦਾ ਜਿਹੜਾ ਆਸਕਿੰਗ, ਹਾਂ ਇਹਦਾ ਜਿਹੜਾ ਆਸਕਿੰਗ ਰੇਟ ਆ ਉਹ 6.5 ਲੱਖ ਰੁਪਈਆ, ਤੇ ਕੋਈ ਮਤਲਬ ਫਿਕਸ ਨਹੀਂ ਹੈ, ਬਾਰਗੇਨਿੰਗ ਮੌਕੇ ਤੇ ਔਨ ਦਾ ਟੇਬਲ। ਦੇਖੋ ਕਾਰ, ਦੇਖੋ ਵੀਡੀਓ ਥੱਲੇ ਕਮੈਂਟ ਬੜੇ ਆਂਦੇ ਰੇਟ ਭਾਜੋ, ਰੇਟ ਇਦਾਂ ਹੈ। ਹਾਂ ਦੱਸੋ, ਬਿਲਕੁਲ ਤੁਸੀਂ ਜਿਹੜੀ ਰੇਟ ਦੀ ਗੱਲ ਕਰ ਰਹੇ ਹੋ ਮੈਂ ਤੁਹਾਡਾ ਨਾਲ ਕਲੀਅਰ ਕਰ ਹੀ ਦਿੰਦਾ। ਮੰਨ ਲਓ ਤੁਸੀਂ ਕਾਰ ਸੇਲ ਕਰਨ ਵਾਸਤੇ ਆਏ ਹੋ, ਤੁਸੀਂ ਮੈਨੂੰ ਰੇਟ ਕੋਡ ਕੀਤਾ, ਮੈਂ 6.5 ਲੱਖ ਰੁਪਏ ਲੈਣਾ ਹੈ, ਠੀਕ ਆ, ਤੇ ਅਸੀਂ ਕਸਟਮਰ ਨੂੰ ਉਹੀ ਰੇਟ ਕਹਿੰਦੇ, ਕਸਟਮਰ ਨਾਲ ਜਿਹੜੀ ਤੁਹਾਡੀ ਡਾਇਰੈਕਟ ਡੀਲ ਕਰਾਵਾਂਗੇ। ਕਸਟਮਰ ਨੇ 6 ਲੱਖ ਮੁੱਲ ਲਾਇਆ ਤੁਹਾਡੀ ਆਪਣੇ ਸਾਹਮਣੇ, ਕਸਟਮਰ ਨੇ 5.5 ਲਾਇਆ, ਤੇ ਜੇ ਉਹ ਸਹਿਣ ਜੋਗਾ ਹੋਇਆ, ਠੀਕ ਆ, ਸੈਲਰ ਮਤਲਬ ਰੇਟ ਤੁਸੀਂ ਲਾਉਂਦੇ ਕਸਟਮਰ ਤਾਂ ਹੁੰਦਾ, ਇਸ ਕਰਕੇ ਤੁਹਾਨੂੰ ਬਸ ਬਸ ਹੁਣ ਕਿਹੜਾ ਕਹਿਣਾ ਪੈਣਾ। ਹਾਂ, ਕਸਟਮਰ ਨਾਲ ਗੱਲਬਾਤ ਕਰਾ ਕੇ ਜਿੰਨਾ ਹੋ ਸਕੇ ਜਿੰਨਾ ਹੋ ਸਕੇ ਉਹਨਾਂ ਕਰਾ ਦਾਂਗੇ। ਠੀਕ ਆ, ਹੁਣ ਆਪਣੇ ਕੋਲ ਆ ਗਈਆਂ ਜਿੱਦਾਂ i20 ਦੀ ਰੇਂਜ ਸੀ, ਹੁਣ ਆ ਗਈ i10 ਦੀ, ਦੋ i10 ਖੜੀਆਂ, ਦੋ i10 ਗ੍ਰੈਂਡ, ਅੱਛਾ, ਇੱਕ 18 ਇੱਕ 19। ਇਹ ਦੇਖੋ i20 ਦੀ ਵੀ ਰੇਂਜ ਦਿਖਾਤੀ ਸੀ, ਹੁਣ ਆਪਣੇ ਕੋਲ ਖੜੀਆਂ ਦੋ i10 ਗ੍ਰੈਂਡ, ਦੋਨੋਂ ਹੀ ਪੈਟਰੋਲ, ਦੋਨੋਂ ਪੈਟਰੋਲ, ਤੇ ਇਹ i10 ਗ੍ਰੈਂਡ ਦੇ ਵਿੱਚ ਇੱਕ ਖਾਸ ਉਹ ਆਪਾਂ ਦਿਖਾਵਾਂਗੇ, ਹੈਨਾ? ਬਿਲਕੁਲ, ਹਾਂ, ਇਹਦੇ ਬਾਰੇ ਡਿਟੇਲ ਦੱਸੋ ਤੁਸੀਂ। ਇਹ ਜਿਹੜਾ ਇਹ 19 ਮਾਡਲ ਹੈ ਜੀ, ਤੇ ਇਹ ਮੈਗਨਾ ਆਪਸ਼ਨਲ, ਤੇ ਲੁਧਿਆਣਾ ਨੰਬਰ, ਲੁਧਿਆਣਾ ਨੰਬਰ ਆ, ਬਿਲਕੁਲ। ਕਾਰ ਜਿਹੜੀ ਹੈ ਇਹ ਸਿਰਫ ਤੇ ਸਿਰਫ ਇਹਦੀ ਆਸਕਿੰਗ ਜਿਹੜੀ ਹੈ 5.5 ਲੱਖ ਰੁਪਈਆ, ਬਾਕੀ ਕੋਈ ਫਿਕਸ ਰੇਟ ਨਹੀਂ। ਬਾਰ-ਬਾਰ ਮੈਂ ਇੱਕੋ ਹੀ ਗੱਲ ਕਹਿ ਰਿਹਾ, ਮੈਂ ਕਹੂੰਗਾ ਇੱਕ ਵਾਰੀ ਨਾ, ਇੱਕ ਵਾਰੀ ਅਲੋਏ ਤੇ ਟਾਇਰ ਤੇ ਇੱਕ ਵਾਰੀ ਆ ਕੇ ਨੀਗਾ ਮਾਰ ਲਓ, ਲੋ ਦੇਖੋ ਦੇਖੋ ਪਤਾ ਲੱਗ ਜਾਣਾ ਵੀ ਗੱਡੀ ਦੇ ਵਿੱਚ ਅਲੋਏ ਟਾਇਰ ਤਾਂ ਬਿਲਕੁਲ ਬ੍ਰਾਂਡ ਨਿਊ ਪਏ ਹੋਏ ਆ। ਅਲੋਏ ਚੈੱਕ ਕਰੋ, ਯੋਕੋਹਾਮਾ ਦੇ ਟਾਇਰ ਆ, ਬਿਲਕੁਲ ਯੋਕੋਹਾਮਾ ਦੇ ਟਾਇਰ ਆ। ਤੇ ਅੰਦਰੋਂ ਵੀ ਇੱਕ ਵਾਰੀ ਕੰਡੀਸ਼ਨ ਦਿਖਾ ਦਿੰਦੇ ਆ, ਦੇਖੋ ਆ ਕੇ ਅੰਦਰੋਂ ਕੰਡੀਸ਼ਨ ਦਿਖਾ ਦਿਓ ਗੱਡੀ ਦੀ। ਤੇ ਹੁਣ ਆਏ ਗੱਲ ਕਰੀਏ ਭਾਜੀ ਕਿਲੋਮੀਟਰ ਦੀ, ਕਿੰਨੀ ਚੱਲੀ ਹੋਣੀ ਹੈ ਗੱਡੀ? ਇਹ ਸਿਰਫ ਕਾਰ ਇਹ 18,000 ਚੱਲੀ ਹੈ ਸਿਰਫ, ਇਹ ਕਾਰ ਸਿਰਫ 18,000 ਕਿਲੋਮੀਟਰ। ਠੀਕ ਆ, ਤੇ ਰੇਟ ਕਿੰਨਾ ਰੱਖਿਆ ਸੀ ਆਪਾਂ ਇਹਦੇ? 5.5 ਲੱਖ ਰੁਪਏ ਸਿਰਫ, 5.5 ਲੱਖ ਰੁਪਏ। ਠੀਕ ਆ, ਹੁਣ ਆ ਗਈ ਆਪਣੇ ਤੋਂ ਦੂਜੀ i10 ਗ੍ਰੈਂਡ, ਬਿਲਕੁਲ ਦੂਜੀ i10 ਗ੍ਰੈਂਡ ਦੇਖੋ ਜੀ ਜਾ ਕੇ ਤੁਸੀਂ, ਇਹ ਦੂਜੀ i10, ਇਹ ਕਿੱਥੇ ਦਾ ਨੰਬਰ ਹੈ ਜੀ? ਬਿਲਕੁਲ ਸੇਮ, ਇਹ ਵੀ PB99 ਜਿਹੜਾ ਲੁ
ਠੀਕ ਆ ਇਹ ਕਿਉਂਕਿ ਸਪੋਰਟ ਸਪੋਰਟਸ ਹੈ ਤੇ 18 ਹੈ ਉਹ 19 ਹੈ ਤੇ ਮੈਗਨ ਹੈ ਠੀਕ ਆ ਇਸ ਕਰਕੇ ਦੋਨਾਂ ਦੇ ਰੇਟ ਜਿਹੜੇ ਆ ਸੇਮ ਹੈ ਪਰ ਉਹ ਚ ਕੁਆਲਿਟੀ ਇੱਕ ਹੋਰ ਹੈ ਵੀ ਤੁਹਾਨੂੰ ਜਿਹੜੀ ਪਹਿਲਾਂ ਦੱਸ ਚੁੱਕੇ ਹੋ ਉਹ ਲਾਈਵ ਹੋਏ ਹੋਏ ਠੀਕ ਆ ਬਾਕੀ ਇਹ ਕਾਰ ਜਿਹੜੀ ਹੈ ਤੇ ਵਿਦਾਊਟ ਲਾਈਵ ਪਰ ਕਾਰ ਇਹ ਵੀ ਬਹੁਤ ਵਧੀਆ ਹੈ ਇਹ ਸਿਰਫ 30000 ਕਿਲੋਮੀਟਰ ਚੱਲੀ ਠੀਕ ਆ ਦੋਸਤੋ ਇੱਕ ਵਾਰੀ ਨੰਬਰ ਚੈੱਕ ਕਰੋ 786 ਲਗਜ਼ਰੀ ਸੈਗਮੈਂਟ ਦੀ ਗੱਡੀ ਰਹਿਣ ਵਾਲੀ ਹੈ ਗੱਡੀ ਹੈਗੀ ਹੈ BMW ਬਾਕੀ ਭਾਜੀ ਡਿਟੇਲ ਦੱਸਣਗੇ ਬਈ ਦੋਸਤੋ ਨੰਬਰ ਤਾਂ ਗੱਡੀ ਦਾ ਦਿਖਾਤਾ ਤੇ ਗੱਡੀ ਹੈਗੀ ਪੂਰੀ ਲਗਜ਼ਰੀਅਸ ਤੇ ਰੇਟ ਆਪਾਂ ਦੇਣੇ ਆ ਪਰ ਕ੍ਰੇਟਾ ਦੇ ਵਰਨਾ ਵਾਲੇ ਹਨਾ ਮੈਂ ਕਿਹਾ ਜੀ ਉਸ ਤੋਂ ਵੀ ਰੇਟ ਘੱਟ ਹੈ ਇਹ ਕਾਰ ਸਿਰਫ 6.5 ਲੱਖ ਰੁਪਏ ਦੀ 6.5 ਲੱਖ ਦੀ ਰੁਪਏ ਦੀ ਹਾਂ BMW 2011 ਮਾਡਲ ਦੂਜੇ ਨਾਂ ਤੇ ਕਾਰ ਦੀ ਕੁਆਲਿਟੀ ਦੇਖੋ ਅੰਦਰੋਂ ਇੰਟੀਰੀਅਰ ਚੈੱਕ ਕਰੋ ਦੇਖੋ ਕਾਰ ਦਾ ਤੁਹਾਨੂੰ ਪਤਾ ਲੱਗ ਜੂਗਾ ਹੈਗੀ ਐਡਵੋਕੇਟ ਦੀ ਬਿਲਕੁਲ ਐਡਵੋਕੇਟ ਡਾਕਟਰ ਫੌਜੀਆਂ ਦੀ ਗੱਡੀਆਂ ਤੁਹਾਨੂੰ ਪਤਾ ਹੀ ਹੈ ਕਿੰਨੀਆਂ ਹਨਾ ਘੱਟ ਬਹੁਤ ਘੱਟ ਚੱਲੀ ਹੋਈ ਹੈ ਇੰਟੀਰੀਅਰ ਦਿਖਾਓ ਕਾਰ ਦਾ ਇੰਟੀਰੀਅਰ ਕਿੰਨਾ ਸੋਹਣਾ ਦੇਖੋ ਭਾਈ ਅੰਦਰੋਂ ਬਹਿ ਕੇ ਇਦਾਂ ਕੰਫਰਟੇਬਲ ਫੀਲ ਹੁੰਦਾ ਨਾ ਲਗਜ਼ਰੀਆਂ ਗੱਡੀਆਂ ਤਾਂ ਲਗਜ਼ਰੀਆਂ ਹੀ ਆ ਪਰ ਦੇਣੀ ਆਪਾਂ ਵਰਨਾ ਦੇ ਰੇਟਾਂ ਤੇ ਆ ਗੱਡੀ ਚੈੱਕ ਕਰੋ ਇੱਕ ਵਾਰੀ ਮੈਂ ਕਹਾਂਗਾ ਬੈਕ ਤੋਂ ਵੀ ਦਿਖਾ ਦਿਓ ਗੱਡੀ ਦੇਖ ਲਓ ਗੱਡੀ ਦਾ ਭਾਜੀ ਰੰਗ ਵੀ ਬਾਲਾ ਪਿਆਰਾ ਹੈ ਨਾ ਬਿਲਕੁਲ ਇਹ ਐਕਚੁਅਲੀ ਇਹ ਜਿਹੜੇ ਰੰਗ ਨੇ ਇਹ ਲਗਜ਼ਰੀ ਚ ਇਹੀ ਕਾਰ ਰੰਗ ਵਿਕਦੇ ਨੇ ਜ਼ਿਆਦਾ ਠੀਕ ਆ ਤੇ ਗੱਡੀ ਦੀ ਰੇਟ ਕਿੰਨਾ ਦੱਸਿਆ ਸੀ ਆਪਾਂ ਨੇ ਸਿਰਫ 6.5 ਲੱਖ ਰੁਪਏ ਦੀ ਇਹਦੇ ਤੇ ਵੀ ਲੋਨ ਹੋ ਜੂ ਬਿਲਕੁਲ ਹੋ ਜਾਏਗਾ ਕਿੰਨਾ ਲੋਨ ਹੋ ਜੂ ਜਿੱਦਾਂ ਇਸ ਇਹ ਲੋਨ ਤੁਸੀਂ ਕਰਾਉਣਾ ਹੋਵੇ ਇਸ ਤੇ ਤੁਹਾਨੂੰ ਮੈਂ ਦੱਸਿਆ ਪੇਪਰ ਵਧੀਆ ਚਾਹੀਦੇ ਨੇ ਲੋਨ ਇਹ ਤੇ 4 ਲੱਖ ਰੁਪਏ ਕਰਾਓ ਇਹ ਗੱਡੀ ਇਹ ਵੀ ਲੁਧਿਆਣਾ ਨੰਬਰ ਰਹਿਣ ਵਾਲੀ ਹੈ ਲਾਸਟ ਬਟ ਨਾਟ ਲੀਸਟ ਕਾਰਾਂ ਬਹੁਤ ਖੜੀਆਂ ਹੋਰ ਲੇਕਿਨ ਅੱਜ ਦੀ ਤੁਹਾਡੀ ਵੀਡੀਓ ਜੇ ਲਾਸਟ ਕਾਰ ਦਿਖਾਵਾਂਗੇ ਓਕੇ ਇਹ 12 ਮਾਡਲ ਵੋਕਸਵੈਗਨ ਦੀ ਜੈਟਾ ਜੈਟਾ ਮੈਨੂਅਲ ਓਕੇ ਇਹਦਾ ਜਿਹੜਾ ਰੇਟ ਰਹਿਣ ਲੱਗਾ ਸਿਰਫ ਤੇ ਸਿਰਫ 4.5 ਲੱਖ ਰੁਪਈਆ ਹਾਂ ਤੇ ਇਹ ਵੀ ਨਵਾਂ ਨੰਬਰ ਲੁਧਿਆਣਾ ਠੀਕ ਆ ਵੋਕਸਵੈਗਨ ਕੰਫਰਟੇਬਲ ਹੋਈ ਹੈ ਸੇਮ ਲਗਜ਼ਰੀ ਗੱਡੀਆਂ ਵਾਲੀ ਹੈ ਨਾ ਕਾਰਾਂ ਤੁਹਾਨੂੰ ਪਤਾ ਹੀ ਹੈ ਵੋਕਸਵੈਗਨ ਦੀ ਕਾਰਾਂ ਜਿਹੜੀਆਂ ਉਹ ਉਹਨਾਂ ਚ ਸਾਰ ਨਾਲੋਂ ਮਤਲਬ ਉੱਪਰਲੇ ਸੈਗਮੈਂਟ ਚ ਹੀ ਕਾਰ ਜ਼ਿਆਦਾ ਬੁਦੀ ਵਿਕਦੀ ਹੈ ਠੀਕ ਆ ਤੇ 65 ਨਹੀਂ ਵਿਕਦੀ ਆ ਕਾਰ ਜ਼ਿਆਦਾ ਵੀ ਰੇਟ ਕਿੰਨਾ ਦੱਸਿਆ ਸੀ ਇਹਦਾ ਸਿਰਫ 4.5 ਲੱਖ ਰੁਪਏ 4.5 ਲੱਖ ਰੇਟ ਦੱਸਿਆ ਤੇ ਆ ਦਿਖਾਤੀਆਂ ਆਪਾਂ ਗੱਡੀਆਂ ਤੇ ਹੁਣ ਆਪਾਂ ਐਡਰੈਸ ਫਿਰ ਵੀ ਦੱਸ ਦਈਏ ਵੈਸੇ ਐਡਰੈਸ ਤੁਹਾਨੂੰ ਦੁਬਾਰਾ ਤੁਹਾਡੀਆਂ ਮਤਲਬ ਤੁਸੀਂ ਮੇਰੀ ਕਾਫੀ ਵੀਡੀਓ ਚ ਮੇਰੇ ਕੋਲ ਐਡਰੈਸ ਪੁੱਛ ਚੁੱਕੇ ਮੈਂ ਦੁਬਾਰਾ ਵੀ ਦੱਸਣਾ ਚਾਹਾਂਗਾ ਕਈ ਵੀਰ ਦੁਬਾਰਾ ਦੇਖਦੇ ਨਹੀਂ ਪਤਾ ਹੁੰਦਾ ਕਈਆਂ ਨੂੰ ਬਿਲਕੁਲ ਇਹ ਲੁਧਿਆਣੇ ਦੇ ਫਿਰੋਜ਼ਪੁਰ ਰੋਡ ਦੇ ਉੱਪਰ ਜੀ ਓਕੇ ਇਹ ਬਿਗ ਕਾਰ ਬਾਜ਼ਾਰ ਹੈ ਜਿਹੜਾ ਬਹੁਤ ਹੀ ਮਹਿੰਗਾ ਕਾਰ ਬਾਜ਼ਾਰ ਸਾਰਾ ਨਾਲੋਂ ਵੱਡਾ ਕਾਰ ਬਾਜ਼ਾਰ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ ਇਹੀ ਲੱਗਦਾ ਇੱਥੇ ਉਹਦੇ ਵਿੱਚ ਆਪਣਾ 14 ਤੇ 15 ਨੰਬਰ ਸ਼ਾਪ ਨੰਬਰ ਹੈ ਠੀਕ ਆ ਨਿਊ ਮਾਲਵਾ ਕਾਰ ਬਾਜ਼ਾਰ ਦਾ ਓਕੇ ਜਿਹੜਾ ਕਿ ਤੁਹਾਨੂੰ ਜੀ ਸ਼ਾਇਦ ਵੀਡੀਓ ਦੇਖਿਆ ਹੋਗਾ ਨਿਊ ਮਾਲਵਾ ਕਾਰ ਬਾਜ਼ਾਰ ਦਾ ਰੋ ਸਾਰਾ ਆਇਆ ਹੋਊਗਾ ਠੀਕ ਆ ਤੇ ਗੱਲ ਇਹ ਜਿਹੜਾ ਨੰਬਰ ਹੈ ਨੰਬਰ ਮੇਰੇ 9814111008 9855811008 ਠੀਕ ਆ ਯਾਨੀ 9814111008 9855811008 ਤੇ ਇਹ ਤਾਂ ਹੋ ਗਿਆ ਐਡਰੈਸ ਤੇ ਨੰਬਰ ਹੁਣ ਜਿੱਦਾਂ ਸਾਡੀ ਵੀਡੀਓ ਦੇਖ ਕੇ ਫੋਨ ਤਾਂ ਤੁਹਾਨੂੰ ਆਉਣੇ ਆ ਬਿਲਕੁਲ ਆਉਂਦੇ ਆ ਜੀ ਮੈਂ ਤੁਹਾਨੂੰ ਆਉਂਦੇ ਆ ਰਿਸਪੌਂਸ ਵੀ ਬਹੁਤ ਵਧੀਆ ਆਇਆ ਹੋਣਾ ਬਿਲਕੁਲ ਆ ਜਾਂਦਾ ਤੇ ਹੁਣ ਗੱਲ ਕਰੀਏ ਵੀਡੀਓ ਜਿਹੜੇ ਦੇਖ ਰਹੇ ਨੇ ਉਹਨਾਂ ਲਈ ਆਪਾਂ ਆਫਰ ਕੀ ਲਿਆਏ ਕਿਉਂਕਿ ਅੱਗੇ ਆ ਰਿਹਾ ਫੈਸਟੀਵਲ ਸੀਜ਼ਨ ਮੈਂ ਤੁਹਾਨੂੰ ਕਿਹਾ ਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਅਗਲਾ ਕਹੂਗਾ ਮੈਂ ਰੂਪ ਦੀ ਵੀਡੀਓ ਦੇਖ ਕੇ ਆਇਆ ਓਕੇ ਉਹਨੂੰ ਜਿਹੜਾ ਇਹ ਕੋਈ ਕਮਿਸ਼ਨ ਨਹੀਂ ਹੈ ਓਕੇ ਉਹਦੀ ਜਿਹੜੀ ਹੈ ਗੱਡੀ ਜਿਹੜੀ ਉਹਨੂੰ ਇਸ ਤਰ੍ਹਾਂ ਹੀ ਦਿੱਤੀ ਜਾਏਗੀ ਬਸ਼ਰਤੇ ਸਾਨੂੰ ਪਹਿਲਾਂ ਪਤਾ ਹੋਵੇ ਵੀ ਇਹ ਅਸੀਂ ਰੂਪ ਦੀ ਵੀਡੀਓ ਦੇਖ ਕੇ ਆਏ ਠੀਕ ਆ ਕਿਉਂਕਿ ਬਾਅਦ ਚੋਂ ਕਈ ਵਾਰੀ ਕੀ ਹੁੰਦਾ ਕਸਟਮਰ ਨਾਲ ਗੱਲ ਨਹੀਂ ਕੀਤੀ ਹੁੰਦੀ ਤੇ ਅਗਲਾ ਕਹਿੰਦਾ ਭਾਈ ਮੇਰੇ ਨਾਲ ਮਤਲਬ ਤੁਸੀਂ ਇਹ ਹੁਣ ਰੱਖਤੀ ਆਪਸ਼ਨ ਇਦਾਂ ਨਹੀਂ ਹੈ ਪਹਿਲਾਂ ਸਾਨੂੰ ਪਤਾ ਲੱਗੇ ਵੀ ਮੈਂ ਰੂਪ ਦੀ ਵੀਡੀਓ ਦੇਖ ਕੇ ਆਇਆ ਤੇ ਉਹਨੂੰ ਕੋਈ ਵੀ ਜਿਹੜੀ ਹੈ ਕਮਿਸ਼ਨ ਨਹੀਂ ਲਿਖੀ ਠੀਕ ਆ ਤੇ ਦੋਸਤੋ ਇਹ ਸੀ ਵੀਡੀਓ ਦੇਖ ਕੇ ਆਉਂਗੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਉਹਨਾਂ ਮਾਨ ਰੱਖਾਂਗੇ ਹਨਾ ਹੋਏਗਾ ਕੋਈ ਗੱਡੀ ਵੇਚਣੀ ਹੋਵੇ ਲੈਣੀ ਹੋਵੇ ਨੰਬਰ ਡਿਸਪਲੇ ਤੇ ਚੱਲ ਰਹੇ ਆ ਫੋਨ ਕਰ ਲਿਓ ਅੱਜ ਦੀ ਵੀਡੀਓ ਕਿਵੇਂ ਲੱਗੀ ਜੇਕਰ ਕਿਸੇ ਦੋਸਤ ਮਿੱਤਰ ਨੇ ਗੱਡੀ ਲੈਣੀ ਹੋਵੇ ਤਾਂ ਨਿਊ ਮਾਲਵਾ ਕਾਰ ਬਾਜ਼ਾਰ ਆ ਜਾਓ ਬਾਕੀ ਤੁਹਾਨੂੰ ਜਿਹੜਾ ਭਾਜੀ ਕੰਟੈਕਟ ਨੰਬਰ ਤੇ ਦੱਸ ਦੇਣਗੇ ਕੋਈ ਵੀ ਸਟਾਕ ਹੋਇਆ ਅਪਡੇਟ ਵੈਸੇ ਭਾਜੀ ਆਪਣੀ ਆਈਡੀ ਵਗੈਰਾ ਦੱਸ ਦਿਓ ਇੰਸਟਾਗ੍ਰam ਦੀ ਮੇਰੀ ਇੰਸਟਾ ਅਜੇ ਪਾਟਿਆ ਦੇ ਨਾਮ ਤੇ ਹੈ ਠੀਕ ਆ ਤੇ ਬਾਕੀ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰ ਦਾਂਗਾ ਠੀਕ ਆ ਤੁਸੀਂ ਦਿਖਾ ਦਿਓ ਠੀਕ ਆ ਤੇ ਦੋਸਤੋ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ।